ਸਭ ਤੋਂ ਪਹਿਲਾਂ ਮੈਂ ਆਪ ਸਾਰੇ ਪੱਤਰਕਾਰ ਵੀਰਾਂ ਦਾ ਤਹਿ ਦਿਲ ਧੰਨਵਾਦ ਕਰਦਾ ਜਿਹੜਾ ਤੁਸੀਂ ਇਸ ਵੇਲੇ ਤੱਕ ਸਾਡੀ ਇਸ ਦੁੱਖ ਦੀ ਘੜੀ ਦੇ ਵਿੱਚ ਸਾਡੇ ਨਾਲ ਖੜੇ ਹੋ ਔਰ ਸਾਡੀ ਗੱਲ ਨੂੰ ਪੂਰੇ ਸੰਸਾਰ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੈ ਕੇ ਜਾਓਗੇ ਇਸ ਲਈ ਧੰਨਵਾਦੀ ਹਾਂ। ਅੱਜ ਦੀ ਜਿਹੜੀ ਇਸ ਵੇਲੇ ਆਪਾਂ ਨੂੰ ਪ੍ਰੈਸ ਕਾਨਫਰੰਸ ਕਰਨੀ ਪੈ ਰਹੀ ਹੈ ਕਾਰਨ ਕੀ ਨੇ ਦੇਖੋ ਇੱਕ ਮੋਰਚੇ ਵੱਲੋਂ ਦਿੱਤਾ ਹੋਇਆ ਪ੍ਰੋਗਰਾਮ ਹੈ ਕਿ ਅਸੀਂ ਜਿੱਥੇ ਵੀ ਕਿਤੇ ਪੋਲੀਟੀਕਲ ਲੀਡਰ ਸਾਹਿਬਾਨ ਆਉਂਦੇ ਨੇ ਪਹਿਲਾ ਪ੍ਰੋਗਰਾਮ ਸੀਗਾ ਕਿ ਅਸੀਂ ਬੀਜੇਪੀ ਤੋਂ ਸਵਾਲ ਪੁੱਛਣੇ ਕਿਉਂਕਿ ਉਸ ਵੇਲੇ ਬੀਜੇਪੀ ਦੇ ਨਾਲ ਲੋਕਾਂ ਦਾ ਰੋਸ ਸੀ ਇੰਡੀਆ ਅਲਾਇੰਸ ਨੇ ਹਜੇ ਆਪਣਾ ਚੋਣ ਮੈਨੀਫੈਸਟੋ ਜਾਰੀ ਨਹੀਂ ਕੀਤਾ ਸੀ ਔਰ ਜਿਸ ਦਿਨ ਦਾ ਉਹਨਾਂ ਦਾ ਚੋਣ ਮੈਨੀਫੈਸਟੋ ਜਾਰੀ ਹੋ ਗਿਆ ਉਸ ਦਿਨ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਉਸ ਘੇਰੇ 'ਚ ਲੈਂਦਿਆਂ ਇਹ ਫੈਸਲਾ ਲੈ ਲਿਆ ਸੀ ਕਿ ਹਰ ਇੱਕ ਪੋਲੀਟੀਕਲ ਪਾਰਟੀ ਅਤੇ ਉਹਦੇ ਮੁਤਾਬਕ ਜਿਹੜੇ ਉਹਦੇ ਉਹਦੇ ਰਾਜ 'ਚ ਜੋ ਜੋ ਹੋਇਆ ਉਹਦੇ ਮੁਤਾਬਕ ਅਸੀਂ ਸਵਾਲ ਕਰਾਂਗੇ ਪੁੱਛਾਂਗੇ। ਬੀਜੇਪੀ ਦੇ ਉੱਤੇ ਖਾਸ ਸਵਾਲ ਇਹ ਸੀਗੇ ਕਿ ਬਈ ਤੁਸੀਂ ਪਿਛਲੀ ਵਾਰੀ ਸਾਡੇ ਕੋਲੋਂ ਵੋਟਾਂ ਲਈਆਂ ਨੇ ਸਤਾ ਲਈ ਹੈ ਸਤਾ ਲੈ ਕੇ ਮੁੜ ਦੁਬਾਰਾ ਸਾਡੇ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਅਤੇ ਜਦੋਂ ਵਾਅਦੇ ਯਾਦ ਕਰਾਉਣ ਚੱਲੇ ਹਾਂ ਸਾਡੇ 'ਤੇ ਗੋਲੀਆਂ ਚਲਾਈਆਂ ਸਾਡੇ ਰਸਤੇ ਰੋਕੇ ਸਾਡਾ ਨੌਜਵਾਨ ਸ਼ਹੀਦ ਕਰਤਾ ਸਾਡਾ 433 ਕਿਸਾਨ ਜ਼ਖਮੀ ਕਰਤੇ ਜਿਨ੍ਹਾਂ 'ਚੋਂ 4 ਕਿਸਾਨ ਉਹ ਨੇ ਜਿਨ੍ਹਾਂ ਦੇ ਜਾਂ ਅੱਖਾਂ ਚਲੀਆਂ ਗਈਆਂ 5 ਕਿਸਾਨ ਤੋਂ ਅਗਰ ਇਹ ਹਾਲਾਤ ਨੇ ਤਾਂ ਫਿਰ ਅਗਰ ਸਵਾਲ ਬਣਦਾ ਹੈ ਕਿ ਤੁਸੀਂ ਇਹ ਕਿਉਂ ਕੀਤਾ ਅਤੇ ਅੱਗੇ ਭਾਈ ਜੇ ਦੁਬਾਰਾ ਵੋਟਾਂ ਲੈਣ ਆਏ ਹੋ ਕਿ ਇਸੇ ਉਮੀਦ ਨਾਲ ਹੀ ਦੁਬਾਰਾ ਵੋਟਾਂ ਪਾਈਏ ਤੁਹਾਨੂੰ ਇਹ ਸਾਡੇ ਸਵਾਲ ਨੇ ਜਿਹੜੇ ਅਸੀਂ ਅਕਸਰ ਸਾਰਿਆਂ ਦੇ ਉੱਤੇ ਇਹਨਾਂ ਦੇ ਕਰਨਾ ਉਸੇ ਲੜੀ ਦੇ ਵਿੱਚੋਂ ਮਹਾਰਾਣੀ ਪ੍ਰਨੀਤ ਕੌਰ ਜੋ ਜਾ ਰਹੀ ਸੀ ਉਹਨਾਂ ਪਿੰਡਾਂ 'ਚ ਸਿਹਰੇ ਪਿੰਡ ਦੇ ਵਿੱਚ ਜਾਣ ਦਾ ਪ੍ਰੋਗਰਾਮ ਸੀ ਉਹਦਾ ਉੱਥੇ ਸਾਡੇ ਸਾਰੇ ਹੀ ਫੋਰਮਾਂ ਦਾ ਪ੍ਰੋਗਰਾਮ ਦੇ ਮੁਤਾਬਕ ਸਾਰੀਆਂ ਜਥੇਬੰਦੀਆਂ ਨੇ ਮਿਲ ਜੁਲ ਕੇ ਸਵਾਲ ਕਰਨ ਦੇ ਲਈ ਇੱਕ ਮੀਟਿੰਗ ਤੈਅ ਕਰ ਲਈ ਉੱਥੇ ਬੰਦੇ ਇਕੱਠੇ ਹੋ ਗਏ ਹੁਣ ਸਵਾਲ ਕਰਨ ਵਾਸਤੇ ਚੱਲੇ ਨੇ ਅਤੇ ਜੇ ਸਵਾਲਾਂ ਦੇ ਜਵਾਬ ਦੇਣ ਤੋਂ ਇਹ ਭੱਜੇ ਉਮੀਦਵਾਰ ਫਿਰ ਨਰਿਤ ਨਾਰਾਬਾਜ਼ੀ ਤਾਂ ਹੋਏਗੀ ਹੁਣ ਉਹਦੇ 'ਚ ਪ੍ਰਸ਼ਾਸਨ ਦੇ ਨਾਲ ਧੱਕਾ ਮੁੱਕੀ ਮੈਂ ਕਹਿੰਦਾ ਹੋ ਜੇ ਲੇਕਿਨ ਬੜੇ ਦੁੱਖ ਦੀ ਗੱਲ ਹੈ ਕਿ ਇੱਕ ਬੀਜੇਪੀ ਦਾ ਆਦਮੀ ਜਿਹੜਾ ਨਵਾਂ ਬਣਿਆ ਹਰਵਿੰਦਰ ਸਿੰਘ ਉਹ ਗੱਡੀ 'ਚੋਂ ਉੱਤਰ ਕੇ ਆਇਆ ਨਾਲ ਉਹਦੇ ਆਪਦੇ ਨਾਲ 2-3 ਗੁੰਡੇ ਹੋਰ ਲੈ ਕੇ ਆਇਆ ਲੋਕਾਂ ਨਾਲ ਸਿੱਧੀ ਹੱਥੋਂ ਪਾਈ ਹੋਈ ਲੋਕਾਂ ਦੇ ਲੱਫੜ ਮਾਰਨ ਤੱਕ ਕੀਤੀ ਗੱਲ ਈਵਨ ਇੱਥੋਂ ਤੱਕ ਵੀ ਗੱਲ ਕੀਤੀ ਗਈ ਕਿ ਐਡਾ ਅਸ਼ਲੀਲ ਇਸ਼ਾਰਾ ਲੋਕਾਂ ਨੂੰ ਕੀਤਾ ਗਿਆ ਮੈਂ ਇਹ ਗੱਲ ਕਿਉਂ ਕੋਟ ਕਰ ਰਿਹਾ ਐਡਾ ਮਾੜਾ ਇਸ਼ਾਰਾ ਕੀਤਾ ਜਿਹੜਾ ਮਤਲਬ ਇਹ ਨਿਕਲਦਾ ਕਿ ਪ੍ਰਵੋਕ ਕਰਨਾ ਲੋਕਾਂ ਨੂੰ ਪ੍ਰਵੋਕ ਕਰਨ ਦੇ ਲਈ ਕੁਝ ਦਿਨ ਪਹਿਲਾਂ ਇਸੇ ਹੀ ਵਿਅਕਤੀ ਦਾ ਬਿਆਨ ਹੈ ਕਿ ਮੈਂ ਪਿੰਡਾਂ ਦੇ ਵਿੱਚ ਲੈ ਕੇ ਜਾਵਾਂਗਾ ਵੇਖਾਂਗੇ ਕੌਣ ਰੋਕਦਾ ਹੈ ਇੱਕ ਇਕੱਲਾ ਇਹ ਨਹੀਂ ਹੈ ਬਹੁਤ ਸਾਰੇ ਲੀਡਰ ਹੋਰ ਵੀ ਹੈਗੇ ਨੇ ਬੀਜੇਪੀ ਦੇ ਜਿਹੜੇ ਪੰਜਾਬ ਦੇ ਵਿੱਚ ਪੰਜਾਬ ਦੇ ਮਾਹੌਲ ਨੂੰ ਅੱਗ ਲਾਉਣੀ ਚਾਹੁੰਦੇ ਨੇ ਪਰ ਇੱਕ ਗੱਲ ਜ਼ਰੂਰ ਸਪਸ਼ਟ ਹੋ ਗਈ ਹੈ ਅੱਜ ਸਾਡੇ ਇਸ ਵੀਰ ਸੁਰਿੰਦਰ ਸਿੰਘ ਦਾ ਕਤਲ ਜਿਹੜਾ ਕੀਤਾ ਗਿਆ ਸੁਰਿੰਦਰਪਾਲ ਸਿੰਘ ਦਾ ਜਿਹੜਾ ਇਹ ਘਟਨਾ ਵਾਪਰੀ ਉਹਦੀ ਮੌਤ ਹੋਈ ਉਹਦਾ ਇੱਕ ਤਰੀਕੇ ਦੇ ਨਾਲ ਕਤਲ ਹੋਇਆ ਉਹਨੂੰ ਇਹ ਕੋਈ ਨਵੀਂ ਇੰਸੀਡੈਂਟ ਨਹੀਂ ਹੈ ਸਾਡੇ ਨਾਲ ਇਹਦੇ ਤੋਂ ਸਪਸ਼ਟ ਹੋ ਗਿਆ ਕਿ ਬੀਜੇਪੀ ਆਪਦੀ ਉਸੇ ਮਾਨਸਿਕਤਾ ਦੇ ਉੱਤੇ ਕੰਮ ਕਰ ਰਹੀ ਹੈ ਉਸੇ ਮਾਨਸਿਕਤਾ ਦੇ ਨਾਲ ਚੱਲ ਰਹੀ ਹੈ ਜਿਹੜੀ ਮਾਨਸਿਕਤਾ ਦੇ ਨਾਲ ਇਹਨਾਂ ਨੇ ਲਖੀਮਪੁਰ ਖੀਰੀ ਦੇ ਅੰਦਰ ਬਿਲਕੁਲ ਪੀਸਫੁਲੀ ਤੁਰੇ ਜਾਂਦੇ ਸਾਡੇ ਕਿਸਾਨਾਂ ਦੇ ਮਗਰੋਂ ਆ ਕੇ ਗੱਡੀਆਂ ਚੜ੍ਹਾਈਆਂ ਉਹ ਵੀਡੀਓ ਅੱਜ ਵੀ ਸਾਰੇ ਲੋਕਾਂ ਦੇ ਕੋਲ ਸੰਸਾਰ ਕੋਲ ਪਈ ਹੈ ਔਰ ਚੜ੍ਹਾ ਕੇ ਲਤੜ ਕੇ ਮਾਰੇ ਗਏ ਸਾਡੇ 4 ਕਿਸਾਨ ਇੱਕ ਪੱਤਰਕਾਰ ਉਸ ਤੋਂ ਅੱਗੇ ਜਿਸ ਵੇਲੇ ਸਾਡਾ ਖਨੌਰੀ ਬਾਰਡਰ ਦੇ ਉੱਤੇ ਜਿਹੜਾ ਪ੍ਰੋਗਰਾਮ ਪ੍ਰੋਟੈਸਟ ਚੱਲਦਾ ਹੈ
ਸਾਡਾ ਨੌਜਵਾਨ ਸ਼ੁਭਕਰਨ ਵਾਪਸ ਆ ਰਿਹਾ, ਵਾਪਸ ਆਉਂਦੇ ਤਾਂ ਮਗਰੋਂ ਗੋਲੀ ਮਾਰਨਾ, ਇਹ ਉਹਨਾਂ ਦੀ ਮਾਨਸਿਕਤਾ ਨੂੰ ਕਲੀਅਰ ਕਰਦਾ, ਸਪਸ਼ਟ ਕਰਦਾ। ਤੁਸੀਂ ਸੁਣਿਆ ਹੋਏਗਾ ਬਿਆਨ, ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਜੀ ਦਾ ਬਿਆਨ ਆਇਆ, ਕਹਿੰਦਾ ਲੱਠ ਕੱਢੋ, ਮਾਰੋ ਕਿਸਾਨਾਂ ਦੇ ਲੱਠ, ਅਗਰ ਮੁਕੱਦਮਾ ਦਰਜ ਹੋ ਜਾਏਗਾ ਤਾਂ ਕੋਈ ਚਿੰਤਾ ਨਹੀਂ ਕਰਨੀ, ਜੇਲ੍ਹ ਦੇ ਵਿੱਚੋਂ ਨੇਤਾ ਬਣ ਕੇ ਨਿਕਲੋਗੇ। ਅਗਰ ਅਜਿਹੀ ਬਿਆਨਬਾਜ਼ੀ ਆਏ ਤਾਂ ਇਹ ਉਹਨਾਂ ਦੀ ਸਪਸ਼ਟ ਮਾਨਸਿਕਤਾ ਦਾ ਇੱਕ ਹਿੱਸਾ ਹੈ ਜਿਹੜਾ ਇੱਥੇ ਘਟਨਾ ਵਾਪਰੀ, ਔਰ ਇਹਦਾ ਅਸੀਂ ਜਿਹੜਾ ਸਾਡਾ ਅੱਜ ਦੀ ਇੱਥੇ ਮੀਟਿੰਗ ਹੋਈ ਹੈ, ਸਾਡੀ ਪਹਿਲਾਂ ਪਰਿਵਾਰ ਨਾਲ ਵੀ ਹੋਈ, ਦੋਨਾਂ ਫੋਰਮਾਂ ਦੀ ਹੋਈ, ਉਹਦੇ 'ਚੋਂ ਅਸੀਂ ਪ੍ਰਸ਼ਾਸਨ ਨੂੰ ਬੜਾ ਕਲੀਅਰ ਕੱਟ ਇਹ ਕਿਹਾ ਕਿ ਇਹ ਜਿਹੜੇ ਦੋਸ਼ੀ ਨੇ ਇਹਨਾਂ ਦੇ ਉੱਤੇ ਮੁਕੱਦਮਾ ਦਰਜ ਕਰਕੇ ਅਰੈਸਟ ਕਰਨਾ, ਔਰ ਪਰਿਵਾਰ ਦੀ ਕੰਪਨਸੇਸ਼ਨ ਜੋ ਸਾਡੇ ਸ਼ਹੀਦਾਂ ਨੂੰ ਮਿਲਦਾ, ਔਰ ਨਾਲ ਦੀ ਨਾਲ ਪਰਿਵਾਰ ਦੇ ਮੈਂਬਰ ਨੂੰ ਇੱਕ ਨੂੰ ਨੌਕਰੀ ਦੇਣਾ, ਇਹ ਯਕੀਨੀ ਬਣਾਇਆ ਜਾਏ ਜਿੰਨੀ ਦੇਰ ਤੱਕ ਉਹਨਾਂ ਬੰਦਿਆਂ ਦੇ ਉੱਤੇ ਮੁਕੱਦਮਾ ਦਰਜ ਕਰਕੇ ਅਰੈਸਟ ਨਹੀਂ ਹੁੰਦੇ ਉੱਨੀ ਦੇਰ ਤੱਕ ਸਾਡਾ ਪ੍ਰੋਗਰਾਮ ਹੈ ਜੋ ਉਹ ਇਹ ਹੈ ਕਿ ਅਸੀਂ ਫਿਰ ਇਹਦਾ ਸੰਸਕਾਰ ਡੈੱਡ ਬੋਡੀ ਦਾ ਨਹੀਂ ਹੋਏਗਾ। ਇਹ ਇੰਨਾ ਕੁ ਸਾਡਾ ਮਤਲਬ, ਮੈਂ ਕਹਿਣਾ ਸੀ ਹੁਣ ਪਰਿਵਾਰ ਆ ਜਿਹੜਾ ਪਰਿਵਾਰ, ਸਾਨੂੰ ਤੁਹਾਨੂੰ ਸਾਰੀ ਕਹਾਣੀ ਹੈ, ਸਾਡੀ ਭੈਣ ਸਰਦਾਰ ਸੁਰਿੰਦਰਪਾਲ ਜੀ ਦੇ ਵਾਈਫ ਨੇ, ਉਹ ਗੱਲ ਕਰਨਗੇ। ਠੀਕ ਹੈ, ਆਵਾਜ਼ ਨਹੀਂ ਆ ਰਹੀ। ਜਿਹੜਾ ਹਰਿੰਦਰ ਹਰਪਾਲ ਆ, ਹਰਵਿੰਦਰ ਹਰਪਾਲ ਆ, ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ, ਹਰਵਿੰਦਰ ਹਰਪਾਲਪੁਰ, ਅਤੇ ਸਾਨੂੰ ਇਨਸਾਫ਼ ਦਿੱਤਾ ਜਾਵੇ। ਅਸੀਂ ਜਦ ਤੱਕ ਡੈੱਡ ਬੋਡੀ ਨਹੀਂ ਸੰਸਕਾਰ ਨਹੀਂ ਕਰਦੇ, ਜਦ ਤੱਕ ਸਾਨੂੰ ਇਨਸਾਫ਼ ਨਹੀਂ ਮਿਲਦਾ ਹੈ, ਅਤੇ ਅਸੀਂ ਦੋਨੋਂ ਇਸ਼ਾਰਾ ਕਰਾ ਕਰਕੇ ਤਾਂ ਮਰਵਾਇਆ ਗਿਆ। ਪੁਲਿਸ ਕੰਪਲੇਂਟ ਕਰਦੇ, ਪੁਲਿਸ ਨੂੰ ਬਿਆਨ ਦਿੱਤੇ ਜੀ, ਹੁਣ ਪੁਲਿਸ ਕੰਪਲੇਂਟ ਕਰਤੀ। ਹਾਂ ਡੱਲੇਵਾਲ ਸਰ, ਪੁਲਿਸ ਨੂੰ ਬਿਆਨ ਦਿੱਤੇ ਜੀ? ਦੇਖੋ, ਬਿਆਨ ਹੋ ਰਹੇ ਨੇ ਜੀ, ਪੁਲਿਸ ਬਿਆਨ ਲੈ ਰਹੀ ਹੈ, ਪੁਲਿਸ ਦੇ ਬਿਆਨਾਂ ਤੋਂ ਬਾਅਦ ਚੈੱਕ ਕਰਦੇ ਆ ਪੁਲਿਸ ਕੀ ਕਾਰਵਾਈ ਕਰਦੀ ਹੈ। ਇੱਕ ਵਿਸ਼ਵਾਸ ਤੋਂ ਆਇਆ ਕਿ ਅਸੀਂ ਤੁਹਾਡੀ ਜਿਹੜਾ ਤੁਸੀਂ ਸਾਨੂੰ ਸਟੇਟਮੈਂਟ ਦਿਓਗੇ ਉਹ ਸਟੇਟਮੈਂਟ ਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ। ਹੁਣ ਦੇਖਦੇ ਹਾਂ, ਸਟੇਟਮੈਂਟ ਤਾਂ ਪਰਿਵਾਰ ਨੇ ਦੇ ਦੇਣੀ ਹੈ, ਉਸ ਤੋਂ ਬਾਅਦ ਅੱਗੇ ਜੋ ਕਾਰਵਾਈ ਕਰਦੇ ਨੇ ਉਹਦੇ ਉਹਨੂੰ ਅੱਗੇ ਦੇਖਾਂਗੇ। ਚੱਲ ਬਸ, ਬੜੇ ਕਲੀਅਰ ਕੱਟ ਇਸ ਨੂੰ, ਇਸ ਘਟਨਾ ਨੂੰ ਸਾਰਿਆਂ ਨੂੰ ਕਦਰ ਕਹਿਤਾ ਦੀ ਪੁਸ਼ਟੀ ਕਰਦੇ ਹੋ, ਕਿਉਂਕਿ ਪ੍ਰਨੀਤ ਕੌਰ ਦਾ ਬਿਆਨ ਆਇਆ, ਉਹ ਕਹਿੰਦੇ ਵੀ ਇਸ ਤਰੀਕੇ ਨਾਲ ਕਿਸੇ ਦਾ ਕੋਈ ਆਪਣਾ ਕੋਈ ਕਸੂਰ ਨਹੀਂ ਸੀ। ਪੱਖ ਰੱਖ ਲੈ, ਪੱਖ ਰੱਖ ਲੈਣ ਦੋ, ਪੂਰ ਸਾਹਿਬ ਬੋਲੋ, ਦੋ ਮਿੰਟ ਫਿਰ ਕਰ ਲਓ। ਦੇਖੋ ਜੀ, ਅਸੀਂ ਦੋਨੇ ਫੋਰਮਾਂ ਵੱਲੋਂ ਕਲੀਅਰ ਕੱਟ ਫੈਸਲਾ ਦਲਿਆਲ ਸਾਹਿਬ ਨੇ ਪਹਿਲਾਂ ਬਿਆਨ ਕਰਤਾ ਵੀ ਇਹਦਾ ਜਿਹੜਾ ਮਾਹੌਲ ਹੈ ਉਹਨਾਂ ਵੱਲੋਂ ਸਿਰਜਿਆ ਗਿਆ। ਹਫ਼ਤਾ ਪਹਿਲਾਂ ਹਰਵਿੰਦਰ ਸਿੰਘ ਹਰਪਾਲਪੁਰ ਦਾ ਜਿਹੜਾ ਇਹ ਕਹਿਣਾ ਵੀ ਅਸੀਂ ਲੈ ਕੇ ਆਵਾਂਗੇ BJP ਵਾਲੇ ਕੈਂਡੀਡੇਟਾਂ ਨੂੰ ਜਿਹਦੇ ਪਿੰਡਾਂ 'ਚ ਜਿਹਨੇ ਰੋਕਣਾ ਰੋਕ ਲਓ, ਅਤੇ ਅੱਜ ਵੀ ਉਹ ਜਿਹੜਾ ਸਭ ਦੂਜੇ ਜਿਹੜੇ ਲੀਡਰ ਆ ਉਹ ਗੱਡੀਆਂ 'ਚ ਬੈਠੇ ਰਹੇ, ਉਹ ਆਪ ਆ ਕੇ ਉਹਨੇ ਹਰਵਿੰਦਰ ਸਿੰਘ ਹਰਪਾਲਪੁਰ ਨੇ ਆਪ ਆ ਕੇ ਧੱਕਾ ਮੁੱਕੀ ਕੀਤੀ ਹੈ, ਜਿੱਦ ਜਦਾਈ ਕੀਤੀ ਹੈ, ਗਾਲੀ ਗਲੋਚ ਕੀਤਾ, ਅਸ਼ਲੀਲ ਇਸ਼ਾਰੇ ਕੀਤੇ ਆ। ਸੋ ਇਸ ਕਰਕੇ ਇਹਦੇ ਵਿੱਚੋਂ ਸਾਫ਼ ਹੈ ਵੀ BJP ਦਾ ਇੱਕ ਹੋਰ ਵੀ ਅਸੀਂ ਇੱਕ ਵੀਡੀਓ 'ਚ ਵੇਖਿਆ, ਉੱਥੇ ਨਾਅਰੇ ਲਵਾਏ ਜਾ ਰਹੇ ਹੈ ਜੈ ਸ਼੍ਰੀ ਰਾਮ। ਮਤਲਬ ਇਹ ਵੀ ਇੱਕ BJP ਦੀ ਨੀਤੀ ਹੈ ਵੀ ਜਦੋਂ ਕਿਸਾਨ ਸਵਾਲ ਪੁੱਛਣ ਤੁਸੀਂ ਜਵਾਬ ਦੇਣ ਦੀ ਬਜਾਏ ਜੈ ਸ਼੍ਰੀ ਰਾਮ ਦੇ ਨਾਅਰੇ ਲਾ ਦਿਓ, ਤਾਂ ਕਿ ਇਹ ਬਣੇ ਵੀ ਕਿਸਾਨ ਭਗਵਾਨ ਸ਼੍ਰੀ ਰਾਮ ਦੇ ਵਿਰੋਧੀ ਹੈ। ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਹੋਈਆਂ ਇਹ ਉਹਨਾਂ ਦੀ ਸਕੀਮ ਮੁਤਾਬਕ ਹੋਈਆਂ ਨੇ,
ਜੋ ਸੁਰਿੰਦਰਪਾਲ ਸਿੰਘ ਇੱਥੇ ਆਇਆ ਉਹਨੇ ਸਵਾਲ ਪੁੱਛੇ, ਉਹਨੇ ਕੋਈ ਆਪਦੇ ਨਿੱਜੀ ਕੰਮ ਨਹੀਂ ਆਇਆ ਇੱਥੇ, ਨਾ ਉਹਦਾ ਕੋਈ ਪਰਿਵਾਰ ਦਾ ਕੰਮ ਸੀ। ਜੋ ਇੱਧਰ ਅੰਦੋਲਨ ਦੇ ਸਵਾਲ ਹੈ ਬੀਜੇਪੀ ਨੇ ਵਾਅਦਾ ਕੀਤਾ ਸੀਗਾ, ਜਾਂ ਇਹਨਾਂ ਦੇ ਇਲਾਕੇ ਨਾਲ ਸੰਬੰਧਿਤ ਸਵਾਲ ਸੀਗੇ 1100 ਏਕੜ ਵਾਲੀ ਜ਼ਮੀਨ ਵਾਲੇ, ਉਹ ਉਹਨਾਂ ਨੇ ਪੁੱਛਿਆ। ਇਸ ਕਰਕੇ ਉਹਨੇ ਕੋਈ ਗਨਾਹ ਨਹੀਂ ਕੀਤਾ, ਲੋਕਤੰਤਰ ਦੇ ਵਿੱਚ ਸਵਾਲ ਪੁੱਛਣਾ ਹਰ ਇੱਕ ਦਾ ਹੱਕ ਹੈ। ਸੋ ਇਸ ਕਰਕੇ ਜੇ ਉਹਦਾ ਉੱਥੇ ਧੱਕਾ ਮੁੱਕੀ ਹੋਇਆ, ਉਹ ਵੀ ਪਤਾ ਲੱਗਿਆ ਵੀ ਡਿੱਗਣ ਤੋਂ ਬਾਅਦ ਵੀ 7-8 ਮਿੰਟ ਇਹਨਾਂ ਨੇ ਕੋਈ ਪ੍ਰਸ਼ਾਸਨ ਦਾ ਬੰਦਾ ਕੋਈ ਲੀਡਰ ਦਾ ਵੀ ਚੱਕ ਕੇ ਉਹਨੂੰ ਆਪਾਂ ਹਸਪਤਾਲ ਤਾਂ ਲੈ ਜਾਈਏ, 7-8 ਮਿੰਟ ਉਹਨੂੰ ਗੱਡੀ 'ਚ ਲਵੇ ਨਹੀਂ ਲੱਗਣ ਦਿੱਤਾ। ਸੋ ਇਸ ਕਰਕੇ ਜਿਹੜਾ ਇਹੋ ਜਿਹਾ ਵਰਤਾਰਾ ਹੈਗਾ ਗੈਰ ਮਨੁੱਖੀ ਗੈਰ ਸੰਵੇਦਨਸ਼ੀਲ, ਇਹਦੀ ਅਸੀਂ ਬਿਲਕੁਲ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਵੀ ਜਿਹੜੇ ਬਿਆਨ ਲੈ ਕੇ 22 ਨੇਮ ਜਿਹੜਾ ਐਫ ਆਈ ਆਰ ਕੀਤਾ ਜਾਵੇ, ਪਰਚਾ ਕੀਤਾ ਜਾਵੇ, ਜਿਹੜੇ ਬੰਦਿਆਂ ਦਾ 22 ਨੇਮ ਪਰਚਾ ਉਹਨਾਂ ਨੂੰ ਅਰੈਸਟ ਕੀਤਾ ਜਾਵੇ। ਰਵਿੰਦਰ ਸਿੰਘ ਹਰਪਾਲਪੁਰ, ਬਾਕੀ ਹਰਪਾਲਪੁਰ ਤੋਂ ਦੱਸ ਦੇਣਗੇ ਉਹ ਵੀ, ਪਰ ਪਰਿਵਾਰ ਨੇ ਬਿਆਨ ਦਿੱਤਾ ਵੀ ਹਰਵਿੰਦਰ ਸਿੰਘ ਹਰਪਾਲਪੁਰ ਹੈ ਜਿਹੜਾ ਉਹ ਸਾਰੇ ਇਲਜ਼ਾਮ ਦੇਣ ਵਾਲਾ ਮੁੱਖ ਸਰਗਣਾ, ਹੋਰ ਕਿਹੜੇ ਕਿਹੜੇ ਆ ਉਹਦੇ ਨਾਲ ਉਹ ਉਹਦੀ ਉਹ ਪੁੱਛਗਿੱਛ 'ਚੋਂ ਪਤਾ ਲੱਗੇ। ਇਸ ਕਰਕੇ ਉਹਦੇ ਐਫ ਆਈ ਆਰ ਹੋਵੇ, ਗ੍ਰਿਫਤਾਰੀ ਹੋਵੇ, ਉਹਨਾਂ ਚਿਰ ਤੱਕ ਤੁਹਾਨੂੰ ਅਰਜ਼ ਕਰਨਾ ਚਾਹੁੰਦੇ ਹਾਂ ਵੀ ਜੋ ਪਰਿਵਾਰ ਨੇ, ਇੱਕ ਤਾਂ ਸਾਡੀ ਪੋਜੀਸ਼ਨ ਹੈਗੀ ਆ ਵੀ ਅਸੀਂ ਉਹ ਹਰਵਿੰਦਰ ਸਿੰਘ ਹਰਪਾਲ ਮਾਜਰਾ ਜਿਹੜਾ ਹਰਪਾਲਪੁਰਾ ਉਹਦੀ ਜਿਹੜੀ 8-10 ਦਿਨ ਪਹਿਲਾਂ ਵੀਡੀਓ ਚੱਲੀ ਆ ਵੀ ਮੈਂ ਪਿੰਡਾਂ 'ਚ ਲੈ ਕੇ ਜਾਊਂਗਾ, ਇਹ ਪੁਸ਼ਟੀ ਕਰਦੀ ਉਹਦੀ ਮਾਨਸਿਕਤਾ ਦੀ, ਇੱਕ ਤਾਂ ਸਪਸ਼ਟ ਆ। ਔਰ ਉਹੀ ਜੋ ਮੌਕੇ 'ਤੇ ਗਵਾਹ ਨੇ ਜਾਂ ਪਰਿਵਾਰ ਨੇ, ਉਹਨਾਂ ਕਿਹਾ ਵੀ ਇਸ ਬੰਦੇ ਨੇ ਸਾਡੇ ਨਾਲ ਗਾਲੀ ਗਲੋਚ ਕੀਤੀ ਆ, ਧੱਕਾ ਮੁੱਕੀ ਵੀ ਇਸ ਬੰਦੇ ਨੇ ਹੀ ਕੀਤੀ ਆ, ਠੀਕ ਆ, ਫੋਰਸ ਤਾਂ ਖੜੀ ਆ, ਤਾਂ ਉਹ ਸਪਸ਼ਟ ਹੋ ਗਿਆ ਉਹਦੀ ਮਾਨਸਿਕਤਾ ਤੋਂ। ਭਾਜਪਾ ਪਹਿਲਾਂ ਵੀ ਬਿਆਨ ਦਿੰਦੀ ਰਹੀ ਅਤੇ ਬਾਅਦ 'ਚ ਇਹ ਕਾਰਾ ਸਾਡੇ ਸਾਹਮਣੇ ਲਖੀਮਪੁਰ ਖੀਰੀ ਦੇ ਵਿੱਚ ਪਹਿਲਾਂ ਜਿਹੜੇ ਅਜੇ ਮਿਸ਼ਰਾ ਟੈਣੀ ਜੀ ਸੀ ਉਹਨਾਂ ਦਾ ਬਿਆਨ ਆ ਗਿਆ ਸੀ ਪਹਿਲਾਂ, ਬਾਅਦ ਜਿਹੜਾ ਘਟਨਾ ਹੋਈ ਆ, ਅਤੇ ਇਹ ਘਟਨਾਵਾਂ ਮਿਲਦੀਆਂ ਨੇ। ਬਾਕੀ ਜੋ ਪਰਿਵਾਰ ਬਿਆਨ ਲਿਖਾਊਗਾ ਅਸੀਂ ਕਿਥੋਂ ਲਿਖਦੀ, ਉਹ ਜਿਨ੍ਹਾਂ ਨੂੰ ਦੋਸ਼ੀ ਮੰਨਦਾ ਵਾ ਜਿਹੜੇ ਮੌਕੇ ਦੇ ਦੋਸ਼ੀ ਨੇ, ਅਸੀਂ ਇਹ ਫੈਸਲਾ ਕਰ ਲਿਆ ਪਰਿਵਾਰ ਸਾਡੇ ਸਾਹਮਣੇ ਖਲੋਤਾ ਵੀ ਇਹ ਅੰਦੋਲਨ ਲੰਮਾ ਵੀ ਚੱਲ ਸਕਦਾ। ਅਸੀਂ ਜਿਹੜਾ ਕਿਹਾ ਵੀ ਪੋਸਟਮਾਰਟਮ ਉਨਾ ਚਿਰ ਨਹੀਂ ਹੋਊਗਾ, ਸੰਸਕਾਰ ਉਨਾ ਚਿਰ ਨਹੀਂ ਹੋਊਗਾ ਜਿੰਨੀ ਦੇਰ ਤੱਕ ਪਰਚਾ ਨਹੀਂ ਹੁੰਦਾ, ਜਿਵੇਂ ਪਰਿਵਾਰ ਬਿਆਨ ਦਿੰਦਾ ਉਹ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਨਹੀਂ ਹੁੰਦੀ, ਉਨੀ ਦੇਰ ਤੱਕ ਸੰਸਕਾਰ ਨਹੀਂ ਕੀਤਾ ਜਾਊਗਾ। ਅਸੀਂ ਪਰਿਵਾਰ ਨੂੰ ਇਹ ਵੀ ਕਿਹਾ ਵੀ ਇਹ ਮਹੀਨਾ ਵੀ ਲਮਕ ਸਕਦਾ ਤੁਹਾਡੇ ਦਰਬਾਰ, ਉਹ ਕਹਿੰਦੇ ਠੀਕ, ਅਸੀਂ ਸਹਿਮਤ ਹਾਂ, ਸਾਨੂੰ ਇਨਸਾਫ਼ ਚਾਹੀਦਾ, ਸਾਨੂੰ ਇਹਦਾ ਇਨਸਾਫ਼ ਚਾਹੀਦਾ, ਬਸ ਇਹ ਸਾਡੀ ਅੱਜ ਦੀ ਪੀਸੀ ਆ। ਕੱਲ੍ਹ ਦੇਖਾਂਗੇ ਹੁਣ ਬਿਆਨ ਹੋਣਗੇ, ਬਿਆਨਾਂ ਤੋਂ ਬਾਅਦ ਸਰਕਾਰ ਕੀ ਕਰਦੀ ਕੀ ਨਹੀਂ ਕਰਦੀ ਹੈਗੀ, ਜੇ ਤਾਂ ਉਹ ਸਾਡੇ ਮੁਤਾਬਕ ਬਿਆਨ ਪਰਚਾ ਦਰਜ ਕਰਨਗੇ ਗ੍ਰਿਫਤਾਰੀ ਹੋਊਗੀ ਫਿਰ ਅਸੀਂ ਫੈਸਲਾ ਕਰ ਲਾਂਗੇ, ਜੇ ਨਹੀਂ ਕਰਨਗੇ ਫਿਰ ਇਹ ਜਾਊਗਾ ਅੰਦੋਲਨ ਲੰਬਾ ਜਾਊਗਾ। ਅਸੀਂ ਪਰਿਵਾਰ ਦੀ ਸਹਿਮਤੀ ਲੈ ਕੇ ਪਰਿਵਾਰ ਤੁਹਾਡੇ ਸਾਹਮਣੇ ਖੜਾ ਵੀ ਇਹ ਪੋਸਟਮਾਰਟਮ ਨਾ ਕਰਾਂਗੇ ਅਤੇ ਨਾ ਸੰਸਕਾਰ ਕਰਾਂਗੇ, ਜਿਹੜਾ ਅੱਜ ਫੈਸਲਾ ਸੀਗਾ ਅੰਦੋਲਨ ਇਟ ਇਜ਼ ਜਾਰੀ ਰਹੂਗਾ। ਸ਼ੁਕਰੀਆ।